ਜਸਪਾਲ ਜੁਨੇਜਾ, ਪ੍ਰਧਾਨ ਪੈਟਰੋਲੀਅਮ ਡੀਲਰਸ ਐਸੋਸੀਏਸ਼ਨ ਨਾਭਾ, ਆਪਣੇ ਵੱਲੋਂ ਇਸ ਦੀਵਾਲੀ ਦੇ ਸ਼ੁਭ ਮੌਕੇ 'ਤੇ ਭਾਰਤ ਨਿਵਾਸੀਆਂ ਨੂੰ, ਪੰਜਾਬ ਨਿਵਾਸੀਆਂ ਨੂੰ ਆਪਣੇ ਵੱਲੋਂ ਮੁਬਾਰਕਬਾਦ ਦੇਣਾ। ਇਸ ਦੇ ਨਾਲ ਹੀ ਵਿਸ਼ਵਕਰਮਾ ਡੇ ਅਤੇ ਬੰਦੀ ਛੋੜ ਦਿਵਸ ਵੀ ਮਨਾਇਆ ਜਾ ਰਿਹਾ ਹੈ ਅਤੇ ਇਹ ਸਭ ਲਈ ਸੁੱਖ ਭਰਿਆ ਦੀਵਾਲੀ ਦਾ ਜਿਹੜਾ ਸੀਜ਼ਨ ਹੈ ਆਵੇ। ਅਤੇ ਬੇਨਤੀ ਕਰਾਂਗਾ ਕੇਂਦਰ ਸਰਕਾਰ ਅੱਗੇ ਵੀ ਕਿ ਸਾਡੇ ਜਿਹੜੇ ਕਿਸਾਨ ਭਰਾ ਦਿੱਲੀ ਬੜੇ ਇੱਕ ਸਾਲ ਦੇ ਕਰੀਬ ਹੋ ਗਿਆ ਬੈਠੇ ਹੈ, ਉਹ ਵੀ ਦੀਵਾਲੀ ਤੋਂ ਪਹਿਲਾਂ ਪਹਿਲਾਂ ਉਹ ਖੁਸ਼ੀਆਂ ਦੇ ਖੇੜੇ ਵਰਸਾ ਕੇ ਉਹਨਾਂ ਦੀਆਂ ਮੰਗਾਂ ਨੂੰ ਮੰਨਦੇ ਹੋਏ ਤਾਂ ਕਿ ਉਹ ਵੀ ਮੇਰੇ ਭਰਾ ਪੰਜਾਬ 'ਚ ਆ ਕੇ ਆਪਣੀ ਦੀਵਾਲੀ ਮਨਾਉਣ। ਅਤੇ ਮੈਂ ਸਭ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you.